partido, dije. Bueno. ਮਰੀ ਕਿਨੂੰ ਕਹਿੰਦਾ ਓਏ ਆ ਕਪਤਾਨ ਸੀਗਾ ਅੰਗਰੇਜ਼ਾਂ ਦਾ ਜਿਹਨੇ ਸਾਈਨ ਕੀਤੇ ਸੀ ਰਣਜੀਤ ਸਿੰਘ ਦੇ ਨਾਲ ਜਿਹਦਾ ਦਸਤਖਤ ਹੋਏ ਨੇ ਨਾ ਵੀ ਇੱਧਰ ਤੇਰਾ ਰਾਜ ਇੱਧਰ ਉਹਦਾ ਨਾ ਮਰੀ ਕਪਤਾਨ ਉਹਨੇ ਹੀ ਪੁੱਛਿਆ ਸੀ ਰਤਨ ਸਿੰਘ ਭੰਗੂ ਨੂੰ ਵੀ ਸਿੱਖਾਂ ਨੂੰ ਕਿੱਥੋਂ ਮਿਲੀ ਹੈ ਪਾਤਸ਼ਾਹੀ ਮਰੀ ਕਪਤਾਨ ਭੁੱਲਿਆ ਹੋਇਆ ਸੀ ਪਾਤਸ਼ਾਹੀ ਕਿੱਥੋਂ ਮਿਲੀ ਹੈ ਕਿਤੇ ਹਜ਼ਾਰ ਸਾਲ ਪਹਿਲਾਂ ਦੀ ਮਿਲੀ ਸੀ ਪਾਤਸ਼ਾਹੀ ਇਹਨਾਂ ਨੂੰ ਇੱਥੇ ਹਿੰਦੁਸਤਾਨ 'ਚ ਅੰਗਰੇਜ਼ ਬੈਠੇ ਸੀ ਦਿੱਲੀ ਦੇ ਪਰਲੇ ਪਾਸੇ ਕਿਤੇ ਬਹੁਤ ਦੇਰ ਦੀ ਗੱਲ ਸੀ ਪੁਰਾਣੀ ਝਾਂਸੀ ਵਾਲੀ ਰਾਣੀ ਦੀ ਗੱਲ ਲੜਾਈ ਹੋਈ ਹੈ 1857 'ਚ ਹੋਈ ਹੈ ਹੋਈ ਹੈ ਨਾ ਹੋਈ ਹੈ ਤੇ ਉਦੋਂ ਪਹਿਲਾਂ ਉਹ ਤਾਂ ਝਾਂਸੀ ਆ ਗਏ ਸੀ ਅੰਗਰੇਜ਼ 1857 ਤੱਕ ਨਹੀਂ ਰਾਜ ਦੀ ਗੱਲ ਕਰਦਾ ਰਾਜ ਉਹਨੇ ਦਸਮ ਪਾਤਸ਼ਾਹ ਕਿਹਾ ਵੀ ਮਨ ਨਕਾਰਤੀ ਪਾਤਸ਼ਾਹੀ ਜਿਹੜੀ ਹੈ ਵੀ ਜਦੋਂ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਹੈ ਉਹਨੇ ਕਿਹਾ ਵੀ ਇਹਦਾ ਮੁਗਲਾਂ ਦਾ ਰਾਜ ਤਾਂ ਪੱਟੇ ਹੀ ਜਾਣਾ ਭਾਈ ਆਪਾਂ ਵਿਰੋਧੀ ਗੱਲਾਂ ਆਪਾਂ ਵਿਰੋਧੀ ਗੱਲਾਂ ਲਿਖੀਆਂ ਹੋਈਆਂ ਨੇ ਉਹਦੇ 'ਚ ਇਹਨਾਂ ਸਿੱਖਾਂ ਨੂੰ ਗਰੀਬ ਸਿੱਖਾਂ ਨੂੰ ਪਾਤਸ਼ਾਹੀ ਦਊਗੇ ਵੀ ਤਾਂ ਲਿਖਿਆ ਨਹੀਂ ਉਹ ਪਾਤਸ਼ਾਹੀ ਕਲੀਅਰ ਕਰਤੀ ਵੈਸੇ ਮੈਂ ਦੋਹਰੇ ਗੱਲ ਪੜ੍ਹੇ ਆ ਉਹ ਉੱਪਰ ਕਲੀਅਰ ਕਰਤੀ ਵੀ ਪਾਤਸ਼ਾਹੀ ਆਹੀ ਹੈ ਜਿਹੜੀ ਗੁਰਿਆਈ ਵਾਲੀ ਆ ਦੂਜੀ ਹੋਈ ਆ ਇਹ ਪਾਤਸ਼ਾਹੀ ਉਹ ਤਾਂ ਨਕਾਰਤੀ ਦਸਮ ਪਾਤਸ਼ਾਹੀ ਨੇ ਜਾਂ ਨਕਾਰਤੀ ਅਸਲ 'ਚ ਉਹ ਗੱਲ ਕਈ ਵਾਰੀ ਐਂ ਉਹ ਅਸਲ 'ਚ ਇਹੀ ਦੂਜੀ ਪਾਤਸ਼ਾਹੀ ਤਾਂ ਉਹਨੇ ਦਲੀਲਾਂ ਦਿੱਤੀਆਂ ਨੇ ਵਿੱਚ ਦੋਹਰੇ ਭਾਈ ਮੈਨੂੰ ਪਤਾ ਹੈ ਉਹ ਉੱਥੇ ਉਹ ਵੀ ਗੱਲ ਕਹਿ ਦਿੰਦਾ ਜਿੱਥੇ ਉਹ ਹੁੰਦੀ ਹੈ ਗੱਲ ਗੁਰਮਤਿ ਚੱਲਦੀ ਹੈ ਜਾਂ ਮਰੀ ਕਪਤਾਨ ਪੁੱਛਦਾ ਮਰੀ ਕਪਤਾਨ ਆਹ ਪਾਤਸ਼ਾਹੀ ਥੋੜ੍ਹੀ ਪੁੱਛਦਾ ਸੰਸਾਰੀ ਪੁੱਛਦਾ ਉਹ ਤਾਂ ਅਸਲ ਮਰੀ ਕਪਤਾਨ ਦੀ ਗੱਲ ਨਹੀਂ ਉਹ ਕਰ ਰਿਹਾ ਅਸਲ ਦੇ ਵਿੱਚ ਉਹ ਐਡੀਸ਼ਨ ਜਿਹੜੀ ਮਰੀ ਕਪਤਾਨ ਸੱਚਖੰਡ ਦੀ ਗੱਲ ਕਿਵੇਂ ਕਰ ਦੂਗਾ ਜੀ ਉਹ ਮਰੀ ਕਪਤਾਨ ਅਸਲ ਦੇ ਵਿੱਚ ਅੰਤਰਾਤਮਾ ਦੀ ਗੱਲ ਤੁਸੀਂ ਉਹ ਨਹੀਂ ਨਹੀਂ ਲੁਧਿਆਣੇ ਮਰੀ ਕਪਤਾਨ ਦਾ ਹੈਗਾ ਬਸ ਆਹ ਲੁਧਿਆਣੇ ਲੁਧਿਆਣਾ ਆਪਣੇ ਇੱਧਰ ਹੈ ਉੱਪਰਲੇ ਪਾਸੇ ਨੇ ਰਾਜ ਸਤਲੁਜ ਤੋਂ ਉੱਥੇ ਇਹਨੇ ਲਿਖਿਆ ਸਭ ਕੁਝ ਜਾ ਕੇ ਲੁਧਿਆਣਾ ਮਰੀ ਕਪਤਾਨ ਤੈਂ ਉਹ ਐਡੀਸ਼ਨ ਹੋਣ ਵਾਲੀ ਬੜੀ ਹੋਣੀ ਹੈ ਫਿਰ ਉਹ ਜਿਹੜੀ ਉਹ ਗੱਲਾਂ ਨੇ ਲਿਖਣਾ ਕਿਉਂ ਮੈਨੂੰ ਲਿਖਣਾ ਪਿਆ ਇਹ ਗਰਾਊਂਡ ਦੱਸੀ ਹੈ ਪਹਿਲਾਂ ਉਹਨੇ ਕਿ ਪੰਥ ਪ੍ਰਕਾਸ਼ ਮੈਂ ਕਿਉਂ ਲਿਖਿਆ ਉਹਦੀ ਗਰਾਊਂਡ ਹੈ ਉਹਨੂੰ ਪੁੱਛਿਆ ਵੀ ਉਹਨੂੰ ਇਹ ਦੱਸੋ ਕਿਸੇ ਤੋਂ ਪਤਾ ਲੱਗਿਆ ਵੀ ਇਹ ਸਿੱਖਾਂ ਨੂੰ ਰਾਜ ਕਿਵੇਂ ਮਿਲਿਆ ਭੂਮਿਕਾ ਉਹਦੇ 'ਚ ਉਹਨੇ ਦੱਸਿਆ ਸੀ ਹੁਣ ਉਹ ਹੈ ਨਹੀਂ ਐਡੀਸ਼ਨ ਦੇ ਵਿੱਚ ਕੱਢ ਦਿੱਤਾ ਮੈਨੂੰ ਪਤਾ ਹੈ ਨਾ ਵੀ ਉਹ ਕੱਢ ਦਿੱਤਾ ਮੈਂ ਉਹ ਵੀ ਬੜੀ ਐਡੀਸ਼ਨ ਹੋਰ ਨਹੀਂ ਪੜ੍ਹੀ ਹੁਣ ਉਹ ਇੰਨਾ ਝੂਠ ਸੀ ਉਦੋਂ ਉਹ ਸੰਸ਼ੋਧਨ ਕਰੀ ਜਾਂਦੇ ਨੇ ਝੂਠ ਉਹ ਕੱਟੀ ਜਾਂਦੇ ਹਾਂਜੀ ਚਲੋ ਇਹਨ ਮਾਇਆ ਤ੍ਰੈ ਗੁਣ ਬਸ ਕਿਨੇ ਆਪਨ ਮੋਹ ਘਟੇ ਘਟ ਦੀਨੇ ਇਹਨ ਮਾਇਆ ਇਸ ਮਾਇਆ ਦਾ ਮੋਹ ਸਾਰਿਆਂ ਦੇ ਹਿਰਦੇ ਵਿੱਚ ਦੇ ਤਿੰਨਾਂ ਗੁਣਾਂ 'ਚ ਮਾਇਆ ਨੇ ਆਪਣਾ ਮਾਇਆ ਹੈ ਤਿੰਨਾਂ ਗੁਣਾਂ 'ਚ ਸੰਸਾਰ ਦੇ ਵਿੱਚ ਮਾਇਆ ਸੰਸਾਰ 'ਚ ਤੈਨੂੰ ਲੋਕ ਨੇ ਤਿੰਨ ਗੁਣ ਨੇ ਤਿੰਨ ਗੁਣ ਵੀ ਇੱਥੇ ਨੇ ਤਿੰਨ ਲੋਕ ਵੀ ਇੱਥੇ ਬ੍ਰਹਮਾ ਵਿਸ਼ਨੂੰ ਸ਼ਿਵਜੀ ਵੀ ਤਿੰਨ ਇੱਥੇ ਨੇ ਮਾਇਆ ਦਾ ਮੋਹ ਦਿੱਤਾ ਹੋਇਆ ਸਾਰਿਆਂ ਜੀਵ ਕਿਸੇ ਵੀ ਜੂਨੀ ਵਿੱਚ ਹੈ ਚਾਹੇ ਮਰਨਾ ਨਹੀਂ ਚਾਹੁੰਦਾ ਆਪਣੀ ਇੱਛਾ ਨਾਲ ਨਹੀਂ ਮਰਨਾ ਚਾਹੁੰਦਾ ਕੋਈ ਇਸ ਹੁਕਮ ਨਾ ਕਰਦੇ ਜੁੜਦੇ ਨੇ ਆਪਾਂ ਨੂੰ ਮੋਹ ਘਟੇ ਘੱਟ ਦਿੰਦੇ ਆਪਣਾ ਮੋਹ ਮਾਇਆ ਨੇ ਸਾਰਿਆਂ ਦੇ ਹਿਰਦੇ ਦਿੱਤਾ ਇਹ ਸਾਜਨ ਕਸ ਕਹੋ ਉਪਾਇਆ ਇਹ ਸਾਜਨ ਹੇ ਸਾਜਨ ਕਸ ਕਹੋ ਕੁਛ ਉਪਾਇਆ ਦੱਸੋ ਇਹ ਮੋਹ ਕਿਵੇਂ ਘਟੇ ਮਾਇਆ ਦਾ ਮੋਹ ਦਾ ਤਿਆਗ ਕਿਵੇਂ ਹੋ ਗਿਆ ਜਾ ਤੇ ਤਰੋ ਵਿਖਮ ਇਹ ਮਾਇਆ ਜਾ ਤੇ ਤਰੋ ਵਿਖਮ ਇਹ ਜਿਸ ਤੋਂ ਇਹ ਵਿਖਮ ਮਾਇਆ ਨੂੰ ਤਰੋ ਹੁਣ ਇਹ ਸਵਾਲ ਹੈ ਇੱਥੇ ਤੱਕ ਸਵਾਲ ਇਹ ਹੈ ਇਹ ਮਾਇਆ ਵਿਰਸਾਗਰ ਤਰਨ ਅਸੀਂ ਡੂੰਘੇ ਸਮੁੰਦਰ 'ਚ ਨੂੰ ਜਾਂਦੇ ਹਾਂ ਇਹਦਾ ਤਾਂ ਵਿਸ਼ਾ ਹਟਣਾ ਸੀ ਇਹ ਸਵਾਲ ਹੈ ਇਹ ਟਾਰਗੇਟ ਹੈ ਸਾਡਾ
ਇਹ ਮਾਇਆ ਜਿਹੜੇ ਨੇ ਮੋਹ ਆਪਣਾ ਦਿੱਤਾ ਹੋਇਆ ਸਾਰੇ ਹਿਰਦਿਆਂ 'ਚ, ਇਹ ਤੋਂ ਛੁਟਕਾਰਾ ਕਿਵੇਂ ਮਿਲੇ? ਜਾਤੇ ਤੋਂ ਕਰੀ ਕਿਰਪਾ ਸਤ ਸੰਗ ਮਿਲਾਏ, ਜਵਾਬ ਆ ਗਿਆ। ਜੇ ਸੱਚ ਨਾਲ ਮਿਲ ਜਾਵੇ, ਜੇ ਮਨ, ਜੇ ਤਾਂ ਮਨ ਤ੍ਰਿਕੁਟੀ ਚ ਸਰੀਰ ਨਾਲ ਜੁੜਿਆ ਹੈ, ਫਿਰ ਤਾਂ ਤਰ ਸਕਦਾ ਨਹੀਂ, ਫਿਰ ਤਾਂ ਗਲ ਚ ਪੱਥਰ ਰਹਿੰਦੇ, ਫਿਰ ਨਹੀਂ ਤਰ ਸਕਦਾ। ਪਰ ਮਨ ਦੇ ਅੰਦਰ ਕੁਛ ਹੋਰ ਵੀ ਹੈ, ਮਨ ਦੇ ਬਾਹਰ ਝੂਠ ਹੈ, ਮਨ ਦੇ ਅੰਦਰ ਸੱਚ ਹੈ। ਮਨ ਮੈਂ ਆਪ ਹੈ ਨਾ, ਆਪ ਕੌਣ? ਸੱਚ ਪੁਰਖ, ਆਪ ਸੱਤ ਪੁਰਖ, ਹਮੇਸ਼ਾ ਰਹਿਣ, ਸਤਿਪੁਰਖ ਦਾ ਮਤਲਬ ਹਮੇਸ਼ਾ ਰਹਿਣ ਵਾਲਾ, ਸਤਿਪੁਰਖ ਦਾ ਮਤਲਬ ਹਮੇਸ਼ਾ ਰਹਿਣ ਵਾਲਾ, ਨਾ ਆਵੇ ਨਾ ਜਾਏ, ਉਹ ਵਿਨਾਸ਼ੀ ਪੁਰਖ ਹੈ, ਸਭ ਰਿਹਾ ਸਮੇਂ। ਇਹਦੇ ਅੰਦਰ ਸਤਿਪੁਰਖ ਬੈਠਾ ਹੈ, ਜੇ ਸਤਿਪੁਰਖ ਨਾਲ ਜੁੜ ਜਾਵੇ ਤਾਂ ਸਤ ਸੰਗਤ ਹੋ ਜਾਂਦੀ ਹੈ। ਸਤਿਪੁਰਖ ਨਾ ਕਹਿੰਦੇ ਸਤ ਸੰਗਤ ਨਹੀਂ ਸੀ ਬਣਨੀ, ਸਤਿਪੁਰਖ ਨਾਲ ਜੁੜ ਜਾਵੇ ਜੇ ਤਾਂ ਸੱਚ ਸਤ ਸੰਗਤ ਹੋ ਜਾਂਦੀ ਹੈ। ਜੇ ਸਤ ਸੰਗਤ ਨਾਲ ਮਿਲ ਗਿਆ ਕੋਈ ਕਿਤੇ